ਜੇਕਰ ਆਪਾਂ ਕੱਗੇ ਵੀ ਡਾਕਟਰ ਦੀ ਪਰਚੀ ਕੋਈ ਥੋੜੀ ਚੋਰੀ ਕਰ ਸਕਦਾ ਤੁਹਾਡੇ ਬਾਰੇ ਜਿਹੜਾ ਡਾਟਾ ਹੋਊਗਾ ਵੀ ਕਿਹੜੀ ਦਵਾਈ ਲੈਂਦਾ ਕਿਹੜੀ ਨਹੀਂ ਖਾਂਦਾ ਤਾਂ ਦੂਜੇ ਨੂੰ ਕੀ ਫਾਇਦਾ ਇਹੀ ਚੀਜ਼ ਹੋਈ ਆ ਅਮਰੀਕਾ ਦੇ ਵਿੱਚ ਡਾਕਟਰ ਦੀਆਂ ਪਰਚੀਆਂ ਯਾਨੀ ਕਿ ਬਾਇਓ ਡਾਟਾ ਮਰੀਜ਼ਾਂ ਦਾ ਉਹ ਚੋਰੀ ਕਰ ਲਿਆ ਜੀ ਮਰੀਜ਼ਾਂ ਦੇ ਬਾਇਓ ਡਾਟਾ ਦੀ ਚੋਰੀ ਨਾਲ ਹੈਕਰਾਂ ਨੂੰ ਕੀ ਫਾਇਦਾ ਜੀ ਹਾਂਜੀ ਬ੍ਰਾਡਸਾਪ ਸਵਾਲ ਤੁਹਾਡਾ ਬਹੁਤ ਇੰਟਰਸਟਿੰਗ ਹੈ ਤੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਖਬਰ ਸੁਣਨ ਤੋਂ ਬਾਅਦ ਆਊਗਾ ਪਹਿਲਾਂ ਆਪਾਂ ਖਬਰ ਦੀ ਸਾਂਝ ਪਾ ਲੈਨੇ ਆਂ US ਦੇ ਵਿੱਚ ਇੱਕ ਹੋਰ ਡਾਟਾ ਬ੍ਰੀਚ ਦੀ ਰਿਪੋਰਟ ਆਈ ਹੈ। ਇਹ ਇੱਕ ਨਾਨ-ਪ੍ਰੋਫਿਟ ਹੈਲਥ케ਅਰ ਆਰਗੇਨਾਈਜੇਸ਼ਨ ਸੀਗੀ ਜਾਂ ਸਰਵਿਸ ਪ੍ਰੋਵਾਈਡਰ ਗਰੁੱਪ ਕਹਿ ਸਕਦੇ ਆ। ਵਿਸਕੌਂਸਿਨ ਦੇ ਨਾਲ ਇਹਨਾਂ ਦਾ ਤਾਲੁਕ ਸੀ ਇਸ ਫਰਮ ਦਾ ਤੇ ਇਸ ਫਰਮ ਦਾ ਜਿਹੜਾ ਡਾਟਾ ਉਹ ਚੋਰੀ ਹੋ ਗਿਆ। ਇਸ ਫਰਮ ਨੇ ਹੁਣ ਖੁਦ ਡਿਸਕਲੋਸ ਕੀਤਾ ਕਿ ਇਹ ਇੱਕ ਰੈਨਸਮਵੇਅਰ ਗੈਂਗ ਬ੍ਰੀਚ ਸੀਗੀ। ਉਹਨਾਂ ਨੇ ਇਹਨਾਂ ਦੇ ਨੈਟਵਰਕ ਦੇ ਵਿੱਚ ਜਾਲ ਪਾ ਲਿਆ ਸੀਗਾ ਜਨਵਰੀ ਮਹੀਨੇ ਦੇ ਵਿੱਚ ਨੈਟਵਰਕ ਦੇ ਵਿੱਚ ਉਹਨਾਂ ਨੇ ਗੜਬੜ ਕਰਕੇ ਡਾਟਾ ਬ੍ਰੀਚ ਕਰ ਲਿਆ। ਬਹੁਤ ਸਾਰੇ ਪੇਸ਼ੈਂਟਸ ਦੇ ਡਾਕੂਮੈਂਟ ਦਾ ਐਕਸੈਸ ਲੈ ਲਿਆ ਉਹਨਾਂ ਨੇ ਇਹਨਾਂ ਡਾਕੂਮੈਂਟਸ ਦੇ ਵਿੱਚ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਵੀ ਸੀਗੀ ਤੇ ਮੈਡੀਕਲ ਇਨਫੋਰਮੇਸ਼ਨ ਵੀ ਮੈਡੀਕਲ ਰਿਕਾਰਡ ਵੀ ਸ਼ਾਮਿਲ ਸੀਗਾ ਉਹਨਾਂ ਨੇ ਦੱਸਿਆ ਕਿ ਇਹ ਗਿਣਤੀ 5 ਲੱਖ ਪਲੱਸ ਹੋ ਸਕਦੀ ਹੈ ਆਲਮੋਸਟ 5 ਲੱਖ ਤੋਂ ਵੱਧ ਲੋਕ ਜਿਨ੍ਹਾਂ ਦੀ ਇਨਫੋਰਮੇਸ਼ਨ ਲੀਕ ਹੋ ਗਈ ਹੈ ਉਹਨਾਂ ਨੇ ਇਹ ਦੱਸਿਆ ਕਿ ਜਿਹੜੀਆਂ ਕੰਪਰੋਮਾਈਜ਼ਡ ਡਿਵਾਈਸ ਸੀਗੀਆਂ ਹਾਲਾਂਕਿ ਉਹ ਉਹਨਾਂ ਨੂੰ ਇਨਕ੍ਰਿਪਟ ਨਹੀਂ ਕਰ ਸਕੇ ਤੇ ਮੀਨਵਾਈਲ ਐਕਸਟਰਨਲ ਸਾਈਬਰ ਐਕਸਪੋਰਟ ਦੀ ਹੈਲਪ ਦੇ ਨਾਲ ਇਹਨਾਂ ਨੇ ਸਾਰੇ ਸਿਸਟਮ ਸਿਕਿਉਰ ਕਰ ਲਏ। ਇਹ ਘਟਨਾ 25 ਜਨਵਰੀ 2024 ਦੀ अर्ਲੀ ਮਾਰਨਿੰਗ ਨੂੰ ਵਾਪਰੀ। ਉਦੋਂ ਇਹ ਸਾਈਬਰ ਅਟੈਕ ਹੋਇਆ। ਉਹਨਾਂ ਨੇ ਕੁਝ ਸਿਸਟਮ ਦਾ ਐਕਸੈਸ ਲੈ ਲਿਆ ਸੀ। ਹਾਲਾਂਕਿ ਉਹਨਾਂ ਦੀ ਆਈਟੀ ਟੀਮਸ ਨੇ ਉਹਨਾਂ ਸਿਸਟਮ ਨੂੰ ਆਈਸੋਲੇਟ ਕਰ ਦਿੱਤਾ ਸੀਗਾ। ਬਾਕੀ ਸਿਸਟਮਸ ਨੂੰ ਸਿਕਿਉਰ ਕਰ ਲਿਆ ਸੀਗਾ। ਬਾਅਦ ਵਿੱਚ ਜਿਹੜੇ ਇਨਫੈਕਟਡ ਸਿਸਟਮ ਸੀਗੇ ਉਹਨਾਂ ਨੂੰ ਟੈਂਪੋਰਰੀ ਅਨ ਅਵੇਲੇਬਲ ਕਰ ਦਿੱਤਾ ਸੀਗਾ। ਪਰ ਜਦੋਂ ਉਹਨਾਂ ਨੇ ਜਿੰਨੇ ਕ ਕੰਪਿਊਟਰਸ ਦਾ ਐਕਸੈਸ ਲਿਆ ਸੀ ਉਹਨਾਂ ਦੇ ਵਿੱਚੋਂ ਜੋ-ਜੋ ਡਾਟਾ ਉਹਨਾਂ ਨੂੰ ਮਿਲਿਆ ਸਾਰੇ ਦਾ ਸਾਰਾ ਉਹਨਾਂ ਨੇ ਕਾਪੀ ਕਰ ਲਿਆ ਆਪਾਂ ਨੂੰ ਇਹ ਚੀਜ਼ ਵੀ ਪਤਾ ਕਿ ਅੱਜਕੱਲ ਜਦੋਂ ਇੱਕ ਇੰਸਟੀਟਿਊਸ਼ਨ ਦਾ ਇੱਕ ਆਰਗੇਨਾਈਜੇਸ਼ਨ ਦਾ ਨੈਟਵਰਕ ਹੁੰਦਾ ਇੱਕ ਕੰਪਿਊਟਰ ਦਾ ਜੇ ਐਕਸੈਸ ਆ ਗਿਆ ਤਾਂ ਉਹ ਸਾਰਾ ਜਿਹੜਾ ਨੈਟਵਰਕ ਬਣਿਆ ਹੋਇਆ ਹੈ ਉਹ ਸਾਰੇ ਦਾ ਐਕਸੈਸ ਲੈ ਸਕਦੇ ਐ 9 ਫਰਵਰੀ 2024 ਨੂੰ ਇਹਨਾਂ ਨੂੰ ਇਹ ਚੀਜ਼ ਪਤਾ ਲੱਗੀ ਸੀ ਕਿ ਐਟੈਕਰਸ ਸਾਰਾ ਡਾਟਾ ਚੋਰੀ ਕਰ ਚੁੱਕੇ ਐ ਇਹ ਜਿਹੜਾ ਡਾਟਾ ਚੋਰੀ ਹੋਇਆ ਬਰਾਤਸਬ ਇਹਦੇ ਵਿੱਚ ਨੇਮ ਈਮੇਲ ਅਡਰੈਸ ਟੈਲੀਫੋਨ ਨੰਬਰ ਡੇਟ ਆਫ ਬਰਥ ਸੋਸ਼ਲ ਸਿਕਿਉਰਿਟੀ ਨੰਬਰ ਮੈਡੀਕੇਅਰ ਨੰਬਰ ਤੇ ਮੈਡੀਕੇਟ ਨੰਬਰ ਜਿੰਨਾ ਵੀ ਬੰਦੇ ਦਾ ਜਨਮ ਕੁੰਡਲੀ ਹੁੰਦੀ ਹੈ ਸਾਰੀ ਦੀ ਸਾਰੀ ਉਹਨਾਂ ਨੇ ਚੋਰੀ ਕਰ ਲਈਆਂ ਦੇਖੋ ਜੀ ਜਿਹੜਾ ਇੰਨਾ ਡਾਟਾ ਚੋਰੀ ਕਰ ਲਿਆ ਤੇ ਬਾਅਦ ਚ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਹੁੰਨੇ ਆ ਵੀ ਬਾਅਦ ਚ ਅਗਲੇ ਨੂੰ ਜਿਹੜੇ ਫਰੌਡ ਕਾਲ ਕਰਦੇ ਆ ਵੀ ਤੁਹਾਡੇ ਆ ਚੀਜ਼ ਹੋਈ ਸੀ ਭਰੋਸਾ ਦਿਵਾਉਣ ਵਾਸਤੇ ਵੀ ਵਰਤ ਸਕਦੇ ਤੁਹਾਡੇ ਡਾਟੇ ਨੂੰ ਤੇ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਵੜ ਸਕਦੇ ਵੀ ਬੰਦੇ ਦੇ ਵਿੱਚ ਕੀ ਕੀ ਪ੍ਰੋਬਲਮਾਂ ਆ ਰਹੀਆਂ ਤਾਂ ਕਿ ਇਹ ਐਡਾਂ ਦਿਖਾਈਆਂ ਜਾਂ ਟਾਰਗੇਟ ਕੀਤਾ ਜਾਵੇ। WhatsApp ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਡਾਟਾ ਹੈ ਬਹੁਤ ਵੱਡਾ ਡਾਟਾ ਹੈ। ਇਹ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਫਾਰਮਸ ਜਾਂ ਉਹਨਾਂ ਨੂੰ ਵੇਚ ਸਕਦੇ ਆ। ਕਿ ਅਸੀਂ ਤੁਹਾਨੂੰ ਫਲਾਣੀ ਸਟੇਟ ਦੇ ਜਾਂ ਫਲਾਣੇ ਰੀਜ਼ਨ ਦੇ ਇੰਨੇ ਬੰਦਿਆਂ ਦਾ ਇਕੱਠਾ ਡਾਟਾ ਦੇ ਦਿੰਨੇ ਆ ਜਿੱਥੇ ਕਿ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਉਹਨਾਂ ਨੂੰ ਕਿਹੜੀ ਕਿਹੜੀ ਪ੍ਰੋਬਲਮਾਂ। ਬਹੁਤ ਸਾਰੀਆਂ ਫਰਮਸ ਜਿਹੜੀਆਂ ਹੋਣਗੀਆਂ ਜਾਂ ਤਾਂ ਕਿਸੇ ਰਿਸਰਚ ਫਾਰਮ ਨੂੰ ਵੀ ਦੇ ਸਕਦੇ ਆ ਜਾਂ ਕਿਸੇ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਜਾਂ ਫਿਰ ਜਿਹੜੇ ਇਲਾਜ ਕਰਦੇ ਨੇ ਕੁਝ ਡਾਕਟਰਸ ਜਾਂ ਕਲੀਨਿਕਸ ਉਹਨਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਹ ਜਿਵੇਂ ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਹੈਗਾ ਇਹਨਾਂ ਦਾ ਪੂਰਾ ਡਾਟਾ ਹੈ ਇਹਨਾਂ ਦੇ ਡਾਟੇ ਤੋਂ ਯੂਜ਼ ਕਰਕੇ ਇਹਨਾਂ ਦੇ ਪੈਟਰਨ ਬਣਾਏ ਜਾ ਸਕਦੇ ਆ ਕਿਸੇ ਦਾ ਜੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਦਾ ਕਾਰਡ ਲੈ ਲੈਂਦੇ ਆ ਉਹਨਾਂ ਦੇ ਪਾਸਵਰਡ ਬਣਾ ਸਕਦੇ ਆ ਕਿਸੇ ਦੀ ਈਮੇਲ ਕਿਉਂਕਿ ਈਮੇਲ ਐਡਰੈਸ ਉਹਨਾਂ ਦੇ ਕੋਲੇ ਹੈਗਾ ਈਮੇਲ ਹੈਕ ਕਰਕੇ ਉਨ੍ਹਾਂ ਦੇ ਅਕਾਊਂਟਸ ਜਾਂ ਉਨ੍ਹਾਂ ਦੇ ਅਕਾਊਂਟਸ ਦੇ ਵਿੱਚ ਰਿਲੇਟਿਡ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਐਸੈਟ ਤੱਕ ਦਾ ਐਕਸੈਸ ਲਿਆ ਜਾ ਸਕਦਾ ਹੈ